ਮਹੱਲਾ ਪੰਜਵਾਂ ਹਰ ਚਰਨ ਕਮਲ ਕੀ ਟੇਕ ਸਤਿਗੁਰ ਦਿੱਤੀ ਤੁਸ ਕੈ ਬਲਰਾਮ ਜੀਓ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਫੁਰਮਾਨ ਕਰਦੇ ਨੇ ਹਰ ਚਰਨ ਕਮਲ ਕੀ ਟੇਕ ਚਰਨ ਕਮਲ ਭਾਵ ਗੁਰੂ ਪਰਮੇਸ਼ਰ ਦੇ ਸੋਹਣੇ ਕਮਲ ਵਰਗੇ ਸੁੰਦਰ ਚਰਨ ਗੁਰਬਾਣੀ ਦੇ ਅੰਦਰ ਗੁਰੂ ਦੇ ਚਰਨਾਂ ਦੀ ਤੁਲਨਾ ਕਮਲ ਫੁੱਲ ਨਾਲ ਕੀਤੀ ਹੈ ਸਿੱਖ ਦੇ ਹਿਰਦੇ ਦੀ ਤੁਲਨਾ ਭਵਰੇ ਨਾਲ ਕੀਤੀ ਗਈ ਹੈ ਦੋਨਾਂ ਦਾ ਆਪਸ ਵਿੱਚ ਬੜਾ ਗਹਿਰਾ ਸੰਬੰਧ ਹੈ ਜਿਵੇਂ ਭੌਰਾ ਫੁੱਲ 'ਤੇ ਲੁਭਾਏਮਾਨ ਹੋ ਕੇ ਆਪਣੇ ਆਪ ਨੂੰ ਉਸ ਫੁੱਲ ਦੇ ਵਿੱਚ ਹੀ ਬੰਧਾ ਲੈਂਦਾ ਹੈ ਫੁੱਲ 'ਚੋਂ ਮਕਰੰਦ ਲੈਂਦਾ ਹੈ ਦਿਨ ਦਾ ਸਮਾਂ ਬਤੀਤ ਹੋ ਜਾਂਦਾ ਹੈ ਸੂਰਜ ਛਿਪ ਜਾਂਦਾ ਹੈ ਕੁਦਰਤੀ ਨੇਮ ਦੇ ਅਨੁਸਾਰ ਕਮਲ ਫੁੱਲ ਜਿਹੜਾ ਹੈ ਉਹਦੀਆਂ ਪੱਤੀਆਂ ਜਿਹੜੀਆਂ ਨੇ ਬੰਦ ਹੋ ਜਾਂਦੀਆਂ ਨੇ ਭੌਰੇ ਨੂੰ ਉੱਡਣ ਨੂੰ ਰਸਤਾ ਨਹੀਂ ਮਿਲਦਾ ਉਹਦੇ ਵਿੱਚ ਹੀ ਉਹਦੀ ਮੌਤ ਹੋ ਜਾਂਦੀ ਹੈ ਮਕਰੰਦ ਵਿੱਚ ਹੀ ਲੀਨ ਹੋ ਗਿਆ ਇਵੇਂ ਸਤਿਸੰਗਤ ਗੁਰੂ ਦਾ ਸ਼ਬਦ ਜਿਹੜਾ ਹੈ ਸਿੱਖ ਇਹਦੇ ਨਾਲ ਸੁਰਤ ਜੋੜਦਾ ਹੈ ਸੁਰਤ ਜੋੜਨ ਕਰਕੇ ਇਹਨੂੰ ਦੇਸ਼ ਕਾਲ ਵਸਤੂ ਦਾ ਚੇਤਾ ਭੁੱਲ ਜਾਂਦਾ ਹੈ ਇੰਨਾ ਪ੍ਰੇਮ ਵਿੱਚ ਮਗਨ ਹੋ ਜਾਂਦਾ ਹੈ ਕਿ ਫਿਰ ਸ਼ਬਦ ਦੇ ਰਾਹੀਂ ਉਸ ਪ੍ਰੇਮ ਦੇ ਰਾਹੀਂ ਜੋ ਪ੍ਰੇਮ ਸਰੂਪ ਪਰਮੇਸ਼ਰ ਹੈ ਕਿਉਂਕਿ ਅਕਾਲ ਪੁਰਖ ਵਾਹਿਗੁਰੂ ਵੀ ਪ੍ਰੇਮ ਹੀ ਹੈ ਨਾ ਸਾਚ ਕਹਾਂ ਸੁਣ ਲਿਹੋ ਸਭੈ ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ ਉਹ ਚਾਰ ਚੁਫੇਰੇ ਹਰ ਦਿਸ਼ਾ ਦੇ ਵਿੱਚ ਪ੍ਰੇਮ ਰੂਪ ਬਣ ਕੇ ਫੈਲਿਆ ਹੋਇਆ ਹੈ ਉਹਦਾ ਫੈਲਾਅ ਪ੍ਰੇਮ ਦੇ ਵਿੱਚ ਹੀ ਹੈ ਅਤੇ ਸਤਸੰਗ ਤੋਂ ਪ੍ਰੇਮ ਰੂਪ ਪ੍ਰਭੂ ਦੇ ਵਿੱਚ ਗੁਰਮੁਖ ਜਿਹੜੇ ਨੇ ਉਹ ਲੀਨ ਹੋ ਜਾਂਦੇ ਨੇ ਚਰਨ ਕਮਲਾਂ ਦਾ ਆਸਰਾ ਜਿਹੜਾ ਹੈ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਸਤਿਗੁਰ ਦਿੱਤੀ ਤੁਸ ਕੈ ਤੁਸ ਦਾ ਅਰਥ ਹੁੰਦਾ ਹੈ ਦਇਆਵਾਨ ਹੋ ਕੇ ਤਰੁੱਟ ਕੇ ਖੁਸ਼ ਹੋ ਕੇ ਸਤਿਗੁਰੂ ਨੇ ਪ੍ਰਭੂ ਦੇ ਸੋਹਣੇ ਚਰਨ ਕਮਲਾਂ ਦਾ ਆਸਰਾ ਦੇ ਦਿੱਤਾ ਟੇਕ ਦੇ ਦਿੱਤੀ ਭਗਤ ਸਾਹਿਬਾਨ ਨੇ ਤਾਂ ਵਾਹਿਗੁਰੂ ਦੇ ਦਰ ਤੋਂ ਮੁਕਤੀ ਵੀ ਨਹੀਂ ਮੰਗੀ ਰਾਜ ਵੀ ਨਹੀਂ ਮੰਗਿਆ ਉਹਨਾਂ ਨੇ ਤਾਂ ਚਰਨ ਕਮਲਾਂ ਦੀ ਟੇਕ ਮੰਗੀ ਹੈ ਕਬੀਰ ਜੀ ਕਹਿੰਦੇ ਨੇ ਕਿ ਚਰਨ ਕਮਲ ਦੀ ਜਿਹੜੀ ਟੇਕ ਹੈ ਇਹਦਾ ਕਿੰਨਾ ਕੁ ਆਨੰਦ ਹੈ ਇਹ ਕਹਿਣ ਕਥਨ ਤੋਂ ਬਾਹਰਾ ਹੈ ਜਿਹੜੇ ਮਾਣਦੇ ਹਨ ਉਹਨਾਂ ਨੂੰ ਹੀ ਪਤਾ ਲੱਗਦਾ ਹੈ ਕਬੀਰ ਸਾਹਿਬ ਜੀ ਦਾ ਸਲੋਕ ਹੈ ਸਲੋਕਾਂ ਅੰਦਰ ਦਰਜ ਹੈ ਉਹ ਕਹਿੰਦੇ ਇੰਨਾ ਕੁ ਆਨੰਦ ਹੈ ਇੰਨਾ ਕੁ ਰਸ ਹੈ ਕਿ ਰਸ ਮਾਨਣ ਵਾਲੇ ਹੀ ਜਾਣਦੇ ਨੇ ਚਰਨ ਕਮਲਾਂ ਦੀ ਕਿੰਨੀ ਕੁ ਟੇਕ ਅਤੇ ਕਿੰਨਾ ਕੁ ਆਸਰਾ ਹੈ ਇਵੇਂ ਗੁਰੂ ਅਰਜਨ ਦੇਵ ਜੀ ਦਾ ਵੀ ਸ਼ਬਦ ਹੈ ਸਤਿਗੁਰੂ ਜੀ ਕਹਿੰਦੇ ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੇ ਹੇ ਪ੍ਰਭੂ ਮੈਂ ਤੇਰੇ ਕੋਲੋਂ ਰਾਜ ਨਹੀਂ ਮੰਗਦਾ ਮੁਕਤੀ ਵੀ ਨਹੀਂ ਮੰਗਦਾ ਮੈਨੂੰ ਚਰਨ ਕਮਲਾਂ ਦਾ ਆਸਰਾ ਚਾਹੀਦਾ ਹੈ ਇਵੇਂ ਭਗਤ ਕਬੀਰ ਸਾਹਿਬ ਜੀ ਨੇ ਅਰਦਾਸ ਕੀਤੀ ਹੈ ਪਰਮੇਸ਼ੁਰ ਵਾਹਿਗੁਰੂ ਮੈਨੂੰ ਕਿਰਪਾ ਕਰਕੇ ਆਪਣੇ ਚਰਨ ਕਮਲਾਂ ਦੇ ਦਰਸ਼ਨ ਕਰਾ ਦਿਓ ਪਾਛੇ ਤੇ ਜਮ ਕਿਉਂ ਨਾ ਪਠਾਵੋ ਪਹਿਲਾਂ ਚਰਨ ਕਮਲ ਵਿਖਾ ਦਿਓ ਬਾਅਦ ਵਿੱਚ ਭਾਵੇਂ ਜਮਾਂ ਨੂੰ ਭੇਜ ਦਿਓ ਇੱਕ ਵਾਰੀ ਤੇਰੇ ਚਰਨ ਕਮਲਾਂ ਨਾਲ ਪ੍ਰੀਤ ਪਾਉਣ ਦੀ ਲੋੜ ਹੈ ਸੋ ਇਸ ਪ੍ਰਕਾਰ ਕਬੀਰ ਜੀ ਕਹਿੰਦੇ ਨੇ ਕਿ ਕਹਿਬੇ ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ ਚਰਨ ਕਮਲ ਕੀ ਮੌਜ ਮੈਂ ਕਹੋ ਕੈਸੇ ਅਨੁਮਾਨ ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ ਇਹ ਅਰਦਾਸ ਸਾਧ ਸੰਗਤ ਯਾਦ ਰੱਖਣਾ ਅਸੀਂ ਅਕਾਲ ਪੁਰਖ ਪਰਮੇਸ਼ੁਰ ਅੱਗੇ ਕਰਨੀ ਹੈ
संसार दे अंदर तो खालसे ने राज करना है। कई लोग सानू ये पंगती लै के गुमराह भी करते ने भी बाणी दे विच वेखो राज दी मंग नहीं कीती गई। सतगुरु पातशाह जी ने सच दे राज दी नींह रखी है। नानक राज चलाया सच कोट सताणी नहीं हुंदा। सच दे राज दी गल तां कीती है सतगुरु ने, कूड़े राज दी नहीं। सिख ने संसार विच रहना है, खालसे ने राज करना है, धर्म दा राज करना है। रब्बी बादशाहत जो श्री गुरु ग्रंथ साहिब दा सिद्धांत है इहनूं दुनिया दे विच लागू कराउण लई यतनशील रहना है। एक सी कदी भी नहीं भुल जाना क्योंकि सिख नूं गुरु साहिब जी ने यह अथॉरिटी दित्ती है भी एक दिन राज खालसे दा होवेगा, खालसे दा राज लियाउणा है। जे धरती नूं स्वर्ग वर्गी बनाउणा है, धरती नूं सचखंड बनाउणा है, इत्थे रब्बी हुक्म लागू होना चाहिए है। तो वह हुक्म है हुण हुक्म होआ मेहरबान दा, पाए कोई ना किसे रंजाण दा, सब सुखाली उठियां ये होआ हलेमी राज जीओ। जिस रब्बी राज दी गल भगत रविदास साहब जी ने भी अपनी बाणी दे विच कीती है ना कि वो रब्बी राज किस तरह का होना चाहिए है, तो उसनों उसे राज दी गल ही सतगुरु जी ने खालसे नूं बख्शिश कीती है। इसलिए साध संगत इहदा अर्थ ये नहीं पर असीं अकाल पुरख दे कोलों परमेश्वर दे कोलों राज नहीं मंगते, मुक्ति नहीं मंगते, उहदे कोलों तां चरण कमलों की प्रीत ही मंगते हाँ। सतगुरु जी ने श्री हरिमंदर साहब ते श्री अकाल तख्त साहब की सिरजना की है। ये भी इस गल का प्रतीक है कि धर्म ते राजनीति इकट्ठे हन, सन विच कंध नहीं पर करमां सांझियां ने। धर्म मंदिर के सामने ही राजनीति का तख्त उसारिया गया है। हरिमंदर साहब विच गुरु ग्रंथ साहब जी की ताबिया गोद विच बैठ के सिख तख्त नूं भुल जांदा है, तख्त नज़र नहीं आउंदा, पर तख्त ते बैठ के जदों सामने दर्शन करता है तां धन श्री गुरु ग्रंथ साहब जी के दर्शन तख्त साहब तो सामने हरिमंदर साहब के अंदर हुंदे ने। भाव के सिख तख्त ते बैठ जाए गुरु की कृपा दे नाल तां गुरु नूं सामने रखे, सनमुख रखे, दर्शन करता रहे। जे गुरु की गोद विच बैठ जाए तो तख्तां ताजां नूं भुल जाए। सो चरण कमलों का आनंद किन्ना कु है। कबीर जी कहिंदे कहन कथन तो बारा है, बस जिहड़े माणदे हन उहनां नूं ही पता है। सो ऐसा आसरा ऐसी टेक जिहड़ी है, पातशाह जी कहिंदे हर चरण कमल की टेक सतगुर दित्ती तुस कहे। सतगुरु जी ने त्रुट के दयावान हो के सानू दित्ती है। बलराम जीओ, हे मेरे सोहणे राम, वाहिगुरु मैं तेरे तो बलिहार जांदा हाँ।